जेकर तुहाडे भी फोन ते मैसेज आंदा है कि तुहानू लोन चाहिदा ते असीं तुहानू लोन देवांगे। मैनू कल फोन आया सीगा 4 बजे कि सर थोड़े सिविल स्कोर देखते हुए कि थोड़ा लोन अप्रूव्ड होया 5,86,000 रुपये 1,290 मैं 6:30 तक उन्होंने पा दिना। फिर उन्होंने फिर फोन आता सर थोड़ी अमाउंट टोटल के आई है साढ़े एक ही ट्रांजेक्शन लगती है तुम 12,990 एक फुल अमाउंट होर करो। कहना सर असी RTGS कर चुके हैं 8 बजे तो बाद RTGS अप्रूव्ड हो जूगी। 8:05 जब मैं फोन किया 3 फोन नंबर से तीनों स्विच ऑफ हो गए। ਕਿਤੇ ਲੱਗਿਆ ਸੀ ਤੁਹਾਡੇ ਨਾਲ ਠੱਗੀ ਹੋ ਰਹੀ ਹੈ? ਮੈਡਮ ਦਰਸਲ ਉਹਨਾਂ ਦੀ ਸਾਰੀ PDF ਫਾਈਲ ਵਗੈਰਾ ਸਾਰਾ ਕੁਝ ਜੈਨੂਇਨ ਲੱਗਿਆ ਮੈਨੂੰ, ਇਸ ਕਰਕੇ ਪੂਰਾ ਯਕੀਨ ਸੀਗਾ ਕਿ ਹੋ ਸਕਦਾ ਹੈ ਕਿ ਫਾਈਲ ਹੋ ਗਈ ਹੋਵੇ। ਅੱਜ ਸਵੇਰੇ ਮੈਂ ਜਦੋਂ ਸਾਈਬਰ ਕ੍ਰਾਈਮ ਆਇਆ ਮੈਨੂੰ ਬਕਾਇਦਾ ਫਿਰ ਦੁਬਾਰਾ ਉਹਨਾਂ ਦਾ ਫੋਨ ਚਾਲੂ ਹੋ ਗਿਆ। 10 ਵਜੇ ਫੋਨ ਚਾਲੂ ਹੋਇਆ, ਪਹਿਲਾਂ ਮੈਂ ਸਵੇਰੇ 2 ਫੋਨ ਕੀਤੇ, ਫੋਨ ਉਹਨਾਂ ਨੇ ਮੇਰਾ ਪਿਕ ਨਹੀਂ ਕੀਤਾ। ਉਸ ਤੋਂ ਬਾਅਦ ਉਹਨਾਂ ਦਾ ਬਾਰ ਬਾਰ ਹੁਣ ਫੋਨ ਆ ਰਿਹਾ ਸਰ ਜੇ ਤੁਸੀਂ ਲੋਨ ਅਮਾਊਂਟ ਲੈਣੀ ਹੈ ਜਾਂ ਤੁਸੀਂ ਆਪਣਾ 26,000 ਰੁਪਏ ਜਿੰਨਾ ਵੀ 12,900 ਕੁਛ ਰੁਪਏ ਗਏ ਨੇ ਜੇ ਤੁਸੀਂ ਵਾਪਸੀ ਲੈਣਾ ਤੁਸੀਂ 19,000 ਰੁਪਏ ਦੀ ਦੁਬਾਰਾ ਟ੍ਰਾਂਜੈਕਸ਼ਨ ਕਰੋ। ਮੈਡਮ ਆਪ ਮੁਝੇ ਮਤਲਬ ਜੋ ਪੈਸੇ ਆ ਉਹ ਮੁਝੇ ਰਿਫੰਡ ਹੀ ਕਰਵਾ ਦੀਜੀਏ, ਮੈਨੇ ਆਗੇ ਲੋਨ ਕੀ ਫਾਈਲ ਨਹੀਂ ਲਗਵਾਉਣੀ। ਕੈਂਸਲੇਸ਼ਨ ਮੈਂ ਕੈਸੇ ਹੋ ਜਾਏਗਾ ਇਸ ਟਾਈਮ ਪੇ? ਮੈਡਮ ਆਪਨੇ ਮੁਝੇ ਪਹਿਲੇ ਤੋਂ ਕਹਾ ਨਹੀਂ ਥਾ ਪ੍ਰੋਸੈਸ ਮੇ ਲਗਾ ਹੁਆ ਹੈ ਸਰ, ਕੌਨ ਸਾ ਅਪਡੇਟ ਆ ਗਿਆ? ਮੈਡਮ 12 ਫੰਡ ਲਗਾ ਹੁਆ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਯੰਕਾ ਲੁਧਿਆਣਾ ਲਈ ਦੇਖ ਰਹੇ ਹੋ ਤੁਸੀਂ। ਅੱਜ ਜਿਹੜੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਉਹ ਹੈਗੀ ਹੈ ਲੋਨ ਦੀ। ਜੀ ਹਾਂ, ਜੇਕਰ ਤੁਹਾਡੇ ਮੋਬਾਈਲ 'ਤੇ ਤੁਹਾਨੂੰ ਲੋਨ ਦੀ ਆਫਰ ਆਉਂਦੀ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਉਹ ਲੋਨ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏ, ਪਰ ਉਸ ਤੋਂ ਪਹਿਲਾਂ ਤੁਹਾਨੂੰ ਆਖਿਆ ਜਾਂਦਾ ਹੈ ਕਿ ਤੁਹਾਨੂੰ ਤੁਹਾਡੀ ਇੰਸ਼ੋਰੈਂਸ ਕਰਵਾਉਣੀ ਪਏਗੀ। ਜੇਕਰ ਕੱਲ੍ਹ ਨੂੰ ਤੁਹਾਨੂੰ ਕੁਝ ਹੋ ਜਾਂਦਾ ਹੈ ਤਾਂ ਅਸੀਂ ਲੋਨ ਦੀ ਅਮਾਊਂਟ ਰਿਕਵਰ ਕਰ ਸਕੀਏ। ਸੋ ਇਸੇ ਤਰ੍ਹਾਂ ਇੱਕ ਨੌਜਵਾਨ ਦੇ ਨਾਲ ਹੋਇਆ ਜੀ। ਨੌਜਵਾਨ ਸਾਈਬਰ ਕ੍ਰਾਈਮ ਦੇ ਵਿੱਚ ਜਿਹੜੀ ਕਿ ਆਪਣੀ ਦਰਖਾਸਤ ਦੇਣ ਦੇ ਲਈ ਪੁੱਜਾ ਸੀ, ਨੌਜਵਾਨ ਦੇ ਨਾਲ ਗੱਲ ਕਰਦੇ ਹਾਂ ਕਿ ਆਖਿਰਕਾਰ ਪੂਰਾ ਮਾਮਲਾ ਹੈ ਕੀ। ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਇਹ ਦੱਸੋ ਕਿ ਪੂਰਾ ਮਾਮਲਾ ਹੈ ਕਿ ਕਦੋਂ ਕਾਲ ਆਉਂਦੀ ਹੈ, ਕਿੱਥੋਂ ਦੇ ਰਹਿਣ ਵਾਲੇ? ਮੈਡਮ ਮੈਂ ਲੁਧਿਆਣੇ ਦਾ ਰਹਿਣ ਵਾਲਾ, ਗਿੱਲ ਰੋਡ ਮੇਰੀ ਰਿਹਾਇਸ਼ ਹੈ। ਮੈਨੂੰ ਕੱਲ੍ਹ ਫੋਨ ਆਇਆ ਸੀਗਾ 4 ਵਜੇ ਕਿ ਸਰ ਤੁਹਾਡੇ ਸਿਵਲ ਸਕੋਰ ਦੇਖਦੇ ਹੋਏ ਕਿ ਤੁਹਾਨੂੰ ਲੋਨ ਅਪਰੂਵਡ ਹੋਇਆ 5,86,000 ਰੁਪਏ ਦਾ, ਜਿਹਦੇ ਕਰਕੇ ਜੇ ਤੁਸੀਂ ਲੋਨ ਦੀ ਅਮਾਊਂਟ ਲੈਣਾ ਚਾਹੁੰਦੇ ਹੋ ਸਾਡੀ ਟਰਮ ਕੰਡੀਸ਼ਨ ਹੈ ਕਿ ਇੱਕ ਇੰਸ਼ੋਰੈਂਸ ਕਰਵਾਉਣੀ ਪਊਗੀ 12,990 ਰੁਪਏ ਦੀ। ਠੀਕ ਹੈ ਜੀ, ਮੈਂ ਉਹਨਾਂ ਨੂੰ 12,990 ਰੁਪਏ ਪੇਡ ਕੀਤੇ ਨੇ। ਕੁਛ ਟੋਟਿਆਂ ਦੇ ਵਿੱਚ ਮੇਰੇ ਬੈਂਕ ਦਾ ਸਰਵਰ ਨਹੀਂ ਚੱਲ ਰਿਹਾ ਸੀ, 1,90 ਰੁਪਏ, 12,500 ਅਤੇ 355 ਰੁਪਏ। ਠੀਕ ਹੈ ਜੀ, ਤੁਸੀਂ ਇਹ 12,990 ਰੁਪਏ ਪੇਡ ਕੀਤੇ, ਇੱਕ ਵਾਰੀ ਤੁਸੀਂ ਆਹ ਦੇਖ ਸਕਦੇ ਹੋ ਜੀ ਇਹ ਕਿਹਦਾ ਅਕਾਊਂਟ ਹੈ। ਤੁਸੀਂ ਇਹ ਨਹੀਂ ਪੁੱਛਿਆ ਪਹਿਲੇ ਕਿਸ ਦੇ ਅਕਾਊਂਟ ਦੇ ਵਿੱਚ? ਉਹ ਕਹਿੰਦੇ ਸਾਡੇ MD ਨੇ, MD ਨੇ ਸਾਡੇ ਮਿਸਟਰ ਮੋਹਨ। ਠੀਕ ਹੈ ਜੀ, ਮਿਸਟਰ ਮੋਹਨ ਨੂੰ ਇਹ ਪੇਡ ਹੋਏ ਸੀਗੇ। ਠੀਕ ਹੈ ਜੀ, 12,990 ਆ ਕਰਨ ਤੋਂ ਬਾਅਦ ਪਹਿਲੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਜਿਹੜੀ ਲੋਨ ਦੀ ਆਫਰ ਆਈ ਸੀ ਕਿਹੜੇ ਬੈਂਕ ਤੋਂ ਆਈ ਸੀ? ਮੈਡਮ ਇਹਨਾਂ ਨੇ ਕੋਈ ਬੈਂਕ ਦੱਸਿਆ ਸੀਗਾ, ਮੈਨੂੰ ਯਾਦ ਨਹੀਂ, 1 ਸੈਕਿੰਡ। ਮੋਬਾਈਲ ਦੇ WhatsApp ਥਰੂ ਤੁਹਾਨੂੰ ਕਾਲਸ ਆਈਆਂ ਸੀ? ਮੈਨੂੰ ਸਾਰੀ ਕਾਲ ਹੀ ਆਈਆਂ ਹੋਈਆਂ ਨੇ। ਫੋਨ ਆਏ ਹੋਏ ਨੇ ਜੀ। ਇਹ ਹੈਗੀ ਆ ਪਾਥਵੇ ਫਾਈਨਾਂਸ ਜੀ, ਕੋਈ ਨਾ ਪਾਥਵੇ ਫਾਈਨਾਂਸ ਤੋਂ ਇਹਨਾਂ ਨੂੰ ਜੀ ਕਾਲ ਆਉਂਦੇ ਹੈ, ਇਹ ਤੁਸੀਂ ਪ੍ਰੋਪਰ ਦੇਖ ਸਕਦੇ ਹੋ। ਕਹਿੰਦੇ ਨੇ ਇੱਥੇ ਲੋਨ ਅਮਾਊਂਟ ਵੀ ਲਿਖਿਆ ਹੋਇਆ, ਮੋਹਿਤ ਸ਼ਰਮਾ ਨਾਮ ਹੈ ਲੜਕੇ ਦਾ, ਲੋਨ ਅਮਾਊਂਟ ਲਿਖਿਆ 5,85,000 ਰੁਪਏ, ਲੋਨ ਦੀ ਡਿਊਰੇਸ਼ਨ 5 ਸਾਲ ਦੀ ਦੱਸੀ ਹੋਈ ਹੈ ਅਤੇ ਇੰਸ਼ੋਰੈਂਸ ਚਾਰਜਿਸ ਇੱਥੇ ਲਿਖੇ ਹੋਏ ਨੇ 12,990 ਰੁਪਏ, ਅਤੇ ਫਾਈਲ ਨੰਬਰ ਤਿਆਰ ਕਰਕੇ ਪੂਰੇ ਪੇਪਰ ਹੈ ਜਿਹੜੇ ਕਿ ਇਹ ਭੇਜੇ ਗਏ ਨੇ। ਸਕਰੀਨ 'ਤੇ ਤੁਸੀਂ ਇਸ ਦੀਆਂ ਤਸਵੀਰਾਂ ਵੀ ਵੇਖ ਸਕਦੇ ਹੋ, ਇੱਕ ਫਾਈਨਾਂਸ ਕੰਪਨੀ ਤੋਂ ਤੁਹਾਨੂੰ ਆਉਂਦੇ, ਉਸ ਤੋਂ ਬਾਅਦ ਤੁਹਾਨੂੰ ਕਿਹਾ ਜਾਂਦਾ ਕਿ ਤੁਹਾਨੂੰ ਆਪਣੇ ਪਹਿਲੇ ਇੰਸ਼ੋਰੈਂਸ ਕਰਵਾਉਣੀ ਪਏਗੀ। ਸੋ ਟੋਟਿਆਂ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਜਾਂਦੇ ਨੇ, ਪਹਿਲੇ 90 ਰੁਪਏ, ਫਿਰ 12,500 ਅਤੇ ਫਿਰ 355 ਰੁਪਏ। ਤੁਸੀਂ 12,990 ਰੁਪਏ ਤੁਸੀਂ ਦੇ ਦਿੰਦੇ ਹੋ ਉਹਨਾਂ ਨੂੰ, ਫਿਰ ਕੀ ਕਹਿੰਦੇ ਨੇ? 12,990 ਮੈਂ 6:30 ਵਜੇ ਤੱਕ ਉਹਨਾਂ ਨੂੰ ਪਾ ਦਿੰਦਾ। ਫਿਰ ਉਹਨਾਂ ਦਾ ਫਿਰ ਫੋਨ ਆਉਂਦਾ, ਸਰ ਤੁਹਾਡੀ ਅਮਾਊਂਟ ਟੋਟਿਆਂ ਦੇ ਵਿੱਚ ਆਈ ਹੈ, ਸਾਡੇ ਇੱਕੋ ਹੀ ਟ੍ਰਾਂਜੈਕਸ਼ਨ ਲੱਗਦੀ ਹੈ, ਤੁਸੀਂ 12,990 ਇੱਕ ਫੁੱਲ ਅਮਾਊਂਟ ਹੋਰ ਕਰੋ ਜੀ। ਕਹਿੰਦੇ ਨੇ ਕਿ ਇਹ ਇੱਕੋ ਟ੍ਰਾਂਜੈਕਸ਼ਨ ਲੱਗਦੀ ਹੈ, ਤੁਹਾਡੀ ਅਮਾਊਂਟ ਹੈ ਟੋਟਿਆਂ ਦੇ ਵਿੱਚ ਆਈ ਹੈ, 90 ਪਹਿਲਾਂ ਆਏ ਹੈ, 12,500 ਬਾਅਦ 'ਚੋਂ ਆਇਆ, 355 ਰੁਪਏ ਬਾਅਦ 'ਚੋਂ ਆਇਆ, ਤੁਸੀਂ ਇੱਕ ਪ੍ਰੋਪਰ 12,990 ਦੀ ਟ੍ਰਾਂਜੈਕਸ਼ਨ ਕਰੋ, ਤੁਸੀਂ ਕਰ ਦਿੰਦੇ ਹੋ। ਉਦੋਂ ਬਾਅਦ ਦੇ ਵਿੱਚ ਮੈਂ ਰਾਤ ਨੂੰ 7 ਵਜੇ ਫਿਰ 12,990 ਦੀ ਇੱਕ ਫਿਰ ਦੁਬਾਰਾ ਕੀਤੀ ਹੈ। ਤੁਹਾਨੂੰ ਕਿਤੇ ਲੱਗਿਆ ਸੀ ਤੁਹਾਡੇ ਨਾਲ ਠੱਗੀ ਹੋ ਰਹੀ ਹੈ? ਮੈਡਮ ਦਰਅਸਲ ਉਹਨਾਂ ਦੀ ਸਾਰੀ PDF ਫਾਈਲ ਵਗੈਰਾ ਸਾਰਾ ਕੁਝ ਜੈਨੂਇਨ ਲੱਗਿਆ ਮੈਨੂੰ, ਇਸ ਕਰਕੇ ਪੂਰਾ ਯਕੀਨ ਸੀਗਾ ਕਿ ਹੋ ਸਕਦਾ ਹੈ ਕਿ ਫਾਈਲ ਹੋ ਗਈ ਹੋਵੇ ਜੀ। ਇਸ ਜਿਹੜੇ ਪਹਿਲਾਂ 12,990 ਉਹਨਾਂ ਨੂੰ ਮੈਂ ਪੁੱਛੇ, ਮੇਰੇ 12,990 ਜਿਹੜੇ ਪਹਿਲਾਂ ਕੀਤੇ ਟੋਟਾਂ 'ਚੋਂ ਕੀ ਹੋਊਗਾ? ਉਹ ਕਹਿੰਦੇ 5,85,000 ਦੇ ਵਿੱਚੋਂ 12,990 ਤੁਹਾਨੂੰ ਇੱਕ ਆ ਜਾਣਗੇ ਐਡ ਹੋ ਕੇ, 12,990 ਰੁਪਏ ਦੀ ਤੁਹਾਡੀ ਹੋ ਚੁੱਕੀ ਹੈ।
ठीक है जी। मैं कहा चलो ठीक है। कहना सर असी RTGS कर चुके हैं, 8 बजे तो बाद थोनू RTGS अप्रूव्ड हो जूगी। 8:05 जब मैं फ़ोन किया, 3 फोन नंबर से तीनों स्विच ऑफ हो गए। उदू बाद मैं रात को आया साइबर क्राइम, वो कहते सर एक बार की पता लोन हो सकता है कि आप इन्नी जल्दी कल ही ना करिए, तुम सवेरे 10 बजे आ जाओ। रात को ही साइबर क्राइम के आ गए, तुम शक हो गया कि मेरे नाल ठगी हुई है तो मैं ठगी का शिकार हो गया। क्योंकि 8 बजे तो बाद उन्होंने मैंने कहा कि मैं 8:05 जो RTGS हो गई, RTGS में अद्धा घंटा लगता, अद्धे घंटे तो ज़्यादा नहीं लग सकता। ठीक है जी, अद्धे घंटे बाद जो फोन स्विच ऑफ हो गया फिर मैं महसूस ना मोहित जी इन्नी नॉलेज तुम्हें हैगी है कि RTGS में अद्धा घंटा लगता है, नैट बैंकिंग की नॉलेज तुम्हें हैगी, प्रॉपर बैंकिंग की चंगी नॉलेज तुम रखते हो, उस तो बावजूद भी तुहाडे नाल ठगी हो जाती है। मैडम एक्चुअली मतलब मैं जिन्ना भी अपना सिस्टम देख रहा हूं, मैं ऑनलाइन ही सारा कुछ देख रहा हूं। ठीक है, मतलब जो कुछ भी करे भी कोई दिक्कत होती, जब मैं अपना भी कुछ करना होता बैंक अकाउंट जब मेरी मिसिज का जब कर दें था, मैं सारा कुछ ऑनलाइन ही कर दें। की काम की कर दें? मेरी फैक्ट्री है मैडम जी। सो इन्हां दी फैक्ट्री है और एक फैक्ट्री ओनर दे नाल है जिहड़ी कि ठगी हुंदी है, 12990 दीआं 2 ट्रांजैक्शनस दे करदे ने। सो तीजी ट्रांजैक्शन ते की कहा जांदा मैडम? हुण अज सवेरे मैं जदों साइबर क्राइम आया मैनूं बकायदा फिर दोबारा उन्हां दा फोन चालू हो गया जी। 10 बजे फोन चालू होया, पहले मैं सवेरे 2 फोन किए, फोन उन्होंने मेरा पिक नहीं किया। उस बाद उन्होंने बार बार हुण फोन आ रहा, सर जे तुसीं लोन अमाउंट लैनी है जां तुसीं अपना 26,000 रुपये जिन्ना भी 12,900 कुछ रुपये गए ने जे तुसीं वापसी लैना है, तुसीं 19,000 रुपये की दोबारा ट्रांजैक्शन करो। हुण सवेर दी तुहाडी गल भी हो रही उन्होंने नाल, ते कॉल करोगे एक बार जी? मैं कॉल कर लैना, उन्होंने मैसेज आया होया सर शर्मा जी तुसी अपना जी मैसेज आया होया तुसी देख सकते हो, लोन 12900 कुछ नंबर है, इतने लिखे हुए शर्मा जी थोड़ा जल्दी बताओ प्लीज़, आपके बाद दूसरी अमाउंट की फाइल क्लियर करनी है मुझे। सो ये मैसेज आया होया और ऑन जड़े की हुन ऑन स्क्रीन तुसी देख सकते हो कि मैं एक कॉल करवा जा रही हूँ और कॉल ते की गल हुंदी है आप सुनते हैं। हेलो, हाँ जी सर। हाँ जी मैडम। मैडम आप मुझे मतलब जो पैसे हैं वो मुझे रिफंड ही करवा दीजिए, मैंने आगे लोन की फाइल नहीं लगवानी है। सर कैंसिलेशन में कैसे हो जाएगा इस टाइम पे? मैडम आपने मुझे पहले तो कहा नहीं था प्रोसेस में लगा हुआ है सर, कॉल अपडेट आ गया मैडम, 12 फंड लगा हुआ है, आपको रिसीविंग भी मैं दे चुकी हूँ इसलिए सर। मैडम आप रिसीविंग दे चुके हैं, आप मुझे ये बताइए आपकी मेरी 12,990 रुपये की बात हुई थी, एक्चुअली मेरे 26,000 चले गए। मैडम मेरी मिस्टेक है, आपने मुझे ये बात क्लियर करी हुआ है आगे। सर मेरी बात सुनिए, देखिए दो पेमेंट आपका रिसीव हुआ है, आगे कंपनी में भी जवाब देना पड़ता है सर, हमारे कहने से कुछ नहीं हो जाता सर, हमें आगे कंफर्मेशन देनी होती है प्रॉपर। आपने मुझे बोल दिया ठीक है आपकी बात, लेकिन आगे मुझे भी रिप्लाई करना होता है, मुझे भी दिखानी होती है, अब आगे FRC वो सिर्फ आपकी अपडेट करनी है कि हाँ क्लाइंट ने रॉन्ग पेमेंट करी थी, अपना FRC उसने क्लियर करा दिया है, फंड रिलीजिंग चार्जेस का जो चार्जेस था अमाउंट वो उसने पेड कर दिया है, यहाँ पर वो जो FRC का पेमेंट है ना आपको रिफंड हो जाता है, और जो आपने फर्स्ट पेमेंट किया वो भी रिफंड होगा आपके लोन के साथ, सिर्फ एक इंश्योरेंस का 12,990 हमारी कंपनी में होल्ड होगा अभी आपका, अदरवाइज उसके सिवा आपका सारा पेमेंट आपके लोन के साथ ही आपको रिफंड हो जाएगा सर। मैडम आप कितनी पेमेंट करनी होगी? 19,990 की करनी है मोहित सर, मैं इतना बोलूंगी आप बिल्कुल बेफिक्र रहिए, बिल्कुल घबराइए मत सर, परेशान मत होइए, मैं भी जानती हूँ सर कहीं ना कहीं। सो तुसीं देख सकते हो कि किस तरह पहला 12,990 दी 2 एंट्रियां मोहित जी वालों पाइया जांदियां ने, उस तो बाद होर अमाउंट दी हुण जिहड़ी कि उन्हां वालों डिमांड की जाती है कि तुसीं होर अमाउंट जेकर तुसीं खाते दे विच पाउंदे हो तां तुसीं जिहड़ा कि लोन अमाउंट रिसीव कर सकते हो। तो मोहित जी हुण तुसीं साइबर क्राइम जिहड़ा आए हो तो गलबात की है, की कह रहे ने? मैडम हले इन्हां दा सर्वर चल नहीं रहा, चलो पुलिस फिर भी कोऑपरेशन कर रही है, फिर भी सर्वर चल ही नहीं रहा। ਆ ਦੇਖੋ ਹੁਣ ਉਹਨਾਂ ਨੇ ਮੈਂ ਜਦੋਂ ਤੁਸੀਂ ਆ ਰਹੇ ਸੀਗੇ ਰਸਤੇ ਤੁਸੀਂ ਇਹਨਾਂ ਨੂੰ ਪੁੱਛਿਆ ਕਿ ਕਿਹੜਾ ਤੁਹਾਡਾ ਮਤਲਬ ਬੈਂਕ ਕਿੱਥੇ ਹੈ ਤੁਹਾਡਾ, ਕੀ ਲੁਧਿਆਣੇ ਦੇ ਵਿੱਚ ਤੁਹਾਡੀ ਬ੍ਰਾਂਚ ਹੈ ਕਿ ਨਹੀਂ? ਮੈਡਮ ਇਹ ਕਹਿੰਦੇ ਅਸੀਂ ਉੱਥੇ ਹਰਿਆਣੇ ਦੇ ਵਿੱਚ ਹੈ, ਮੈਂ ਇਹਨਾਂ ਨੂੰ ਜਦੋਂ ਤੁਸੀਂ ਆ ਰਹੇ ਸੀ ਜਦੋਂ ਤੁਹਾਡੀ ਮੇਰੇ ਨਾਲ ਗੱਲ ਹੋਈ ਆ, ਇਹਨਾਂ ਨੂੰ ਮੈਂ ਕਿਹਾ ਕਿ ਚਲੋ ਮੈਂ 19,000 ਦੀ ਟ੍ਰਾਂਜੈਕਸ਼ਨ ਕਰ ਦਿੰਦਾ। ਠੀਕ ਹੈ ਜੀ, ਪਰ ਜਿਹੜੀ ਤੁਸੀਂ ਮੇਰੀ ਇੰਸ਼ੋਰੈਂਸ ਕੀਤੀ ਹੈ 12,990 ਦੀ, ਠੀਕ ਹੈ ਜੀ, ਤੁਸੀਂ ਮੈਨੂੰ ਇੰਸ਼ੋਰੈਂਸ ਦੀ ਕਾਪੀ ਭੇਜੋ। ਠੀਕ ਹੈ ਜੀ, ਆ ਲਓ ਇਹਨਾਂ ਨੇ ਹੁਣ ਮੈਨੂੰ ਇੰਸ਼ੋਰੈਂਸ ਦੀ ਕਾਪੀ ਆ ਹੁਣ ਭੇਜਤੀ। ਸੋ ਕਿਤੇ ਨਾ ਕਿਤੇ
ते तुसी देख सकते हो कि टेक्निकली इन चीज़ों का वरतों करके तुहाडे नाल फ्रॉड किया जा रहा है। सो मोहित जी नाल ठगी हो चुकी है और इन्हों उस गल का अंदाजा भी हो चुका है, पता भी लग चुका है। सो इस वीडियो नू वध तो वध शेयर कर दिओ ताकि लोग अजिही ठगी तो बच सकन। जेकर तुहाडे भी फोन पर मैसेज आंदा है कि तुहानू लोन चाहिए तो असीं तुहानू लोन देवांगे, पर उस तो पहला तुहानू इंश्योरेंस करवानी होएगी। सो इंश्योरेंस के नाम से ठगियां जड़े कि अजकल मार्केट के ठगा वालों मारिया जा रही ने। जेकर तुसी चाहते हो कि लोग इस तो बच सकन ते तुसी इस वीडियो नू ज़्यादा तो ज़्यादा शेयर कर दियो। इस वीडियो बारे तुहाडा की कहना है कमेंट करके जरूर दसना। कैमरामैन सेवा सिंह के नाल प्रियंका शर्मा, लुधियाना लाइव।